ਸਤਿ ਸ਼੍ਰੀ ਅਕਾਲ ਦੋਸਤੋ, ਸਵੇਰ ਦੇ 4:30 ਹੋ ਗਏ ਅਤੇ ਕੰਮ ਲਈ ਰੈਡੀ ਹੋਣ ਲੱਗਿਆ। ਅਤੇ ਪਹਿਲਾਂ ਆਪਾਂ ਲੰਚ ਵਗੈਰਾ ਪੈਕ ਕਰ ਲਈਏ ਸਵੇਰ ਲਈ, ਜਿਹੜਾ ਕੰਮ 'ਤੇ ਜਾ ਕੇ ਖਾਣਾ। ਬਸ ਰੈਡੀ ਹੋ ਰਿਹਾ, ਲੰਚ ਰੈਡੀ ਆ। ਅਤੇ ਇੱਧਰ ਜਿਹੜੇ ਆਪਾਂ ਚਣੇ ਆ, ਇਹ ਮੈਂ ਥੋੜ੍ਹੇ ਜਿਹੇ ਉਂਗਰ ਨੇ ਰੱਖੇ ਆ, ਸ਼ੁਰੂ ਹੋ ਗਏ ਉਂਗਰ ਨੇ। ਇਹ ਬ੍ਰੇਕਫਾਸਟ ਆ ਜੀ, ਅਤੇ ਇਹਨਾਂ ਦੇ ਉੱਤੇ ਥੋੜ੍ਹਾ ਜਿਹਾ ਪਾਣੀ ਪਾ ਲੈਣਾ ਹੁਣ ਆਪਾਂ। ਵਧੀਆ ਹੈਲਥੀ ਡਾਇਟ ਆ ਇਹ, ਸਵੇਰੇ ਬ੍ਰੇਕਫਾਸਟ ਦੇ ਵਿੱਚ ਇਹ ਯੂਜ਼ ਕਰਦਾ ਹੁੰਦਾ ਮੈਂ। ਲਓ ਜੀ, ਕੰਮ 'ਤੇ ਪਹੁੰਚ ਗਏ ਹਾਂ, ਗੱਡੀ ਕਰਤੀ ਆ ਪਾਰਕ, ਅਤੇ ਹੁਣ ਕੰਮ ਦਾ ਦੇਖੀਏ ਕੀ ਹਿਸਾਬ ਆ। ਇਹ ਕੰਮ ਦਾ ਅੱਜ ਪਤਾ ਕੀਤਾ, ਕੰਮ ਤਾਂ ਠੀਕ ਠਾਕ ਹੀ ਆ, ਇੰਨਾ ਬਿਜ਼ੀ ਨਹੀਂ ਹੈਗਾ। ਅਤੇ ਪਰ ਅੱਜ ਮੇਰੇ ਨਾਲ ਕਲੋਲ ਬਹੁਤ ਤਕੜੀ ਹੋ ਗਈ। ਜਦੋਂ ਮੈਂ ਸਵੇਰੇ ਘਰੋਂ ਤੁਰਨ ਲੱਗਿਆ ਅਤੇ ਮੈਂ ਰਾਤੀ ਕੰਮ ਆਪਣਾ ਫੋਨ ਲਾ ਕੇ ਸੁਣਿਆ ਸੀਗਾ, ਸਾਡੇ ਫੋਨ ਲਾ ਕੇ ਸੁਣਨਾ ਪੈਂਦਾ ਕੰਮ ਸਵੇਰੇ ਕਿੰਨੇ ਵਜੇ ਆ, ਅਤੇ ਮੇਰਾ ਸੀਗਾ 5:30 ਕੰਮ, ਪਰ ਮੈਨੂੰ ਭੁਲੇਖਾ ਲੱਗ ਗਿਆ ਅੱਜ ਕਿ ਮੇਰਾ 5:15 ਆ। ਮੈਂ ਭਰਾਵਾ ਚਾਹ ਵੀ ਨਹੀਂ ਵਧੀਆ ਪੀਤੀ, ਭਜਾਈ ਗੱਡੀ ਪੂਰੀ ਅਤੇ ਪਹੁੰਚਿਆ ਕੰਮ 'ਤੇ, ਅਤੇ ਪਤਾ ਲੱਗਾ ਮੇਰਾ ਕੰਮ 5:30 ਆ। ਲਓ ਜੀ, ਕਰੀਏ ਸਟਾਰਟ, ਚੱਲ ਨਹੀਂ ਬੱਕੀਏ, ਹੋ ਜਾ ਸਟਾਰਟ। ਸੈਲਫ ਮਾਰਨੀ ਆ ਹਮੇਸ਼ਾ, ਮਹਾਰਾਜ ਦਾ ਨਾਂ ਲੈ ਕੇ ਸੈਲਫ ਮਾਰਨੀ ਆ। ਸਤਨਾਮ ਵਾਹਿਗੁਰੂ, ਬਾਬਾ ਜੀ ਚੜ੍ਹਦੀ ਕਲਾ ਰੱਖੀ। ਦੋਸਤੋ, ਜਦੋਂ ਵੀ ਆਪਾਂ ਕੰਮ ਸਟਾਰਟ ਕਰਦੇ ਹਾਂ ਤੇ ਟਾਈਮ ਸ਼ੀਟ ਭਰਨੀ ਪੈਂਦੀ ਆ, ਅਤੇ ਨਾਲ ਆ ਲੋਗ ਬੁੱਕ ਹੁੰਦੀ ਆ, ਜਿਹੜੇ ਟਰੱਕਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਇਹ ਲੋਗ ਬੁੱਕ ਭਰਨੀ ਪੈਂਦੀ ਆ। ਅਤੇ ਇਹਦੇ ਵਿੱਚ 5:30 ਘੰਟਿਆਂ ਬਾਅਦ, ਹਰੇਕ 5:30 ਘੰਟਿਆਂ ਬਾਅਦ ਅੱਧੇ ਘੰਟੇ ਦੀ ਬ੍ਰੇਕ ਲੈਣੀ ਹੁੰਦੀ ਆ। ਅਤੇ ਬਾਕੀ ਜਿੰਨਾ ਵੀ ਤੁਸੀਂ ਕੰਮ ਕੀਤਾ ਹੈ ਤੁਹਾਡਾ ਰਿਕਾਰਡ ਰਹਿੰਦਾ ਆ, ਤੁਹਾਡੇ ਕੋਲ ਵੀ ਰਹਿੰਦਾ ਆ, ਤੁਹਾਡੇ ਮਾਲਕ ਕੋਲ ਰਹਿੰਦਾ ਆ, ਸਰਕਾਰ ਕੋਲ ਰਹਿੰਦਾ ਆ। ਜੇ ਮੰਨ ਲਓ ਕੋਈ ਵੀ ਤੁਹਾਨੂੰ ਰੋਕਦਾ ਰਸਤੇ ਦੇ ਵਿੱਚ, ਤਾਂ ਤੁਹਾਡੀ ਜਿਹੜੀ ਲੋਗ ਬੁੱਕ ਆ ਪੂਰੀ ਹੋਣੀ ਚਾਹੀਦੀ ਆ, ਅਤੇ ਇਹਨੂੰ ਨਾਲ ਦੀ ਨਾਲ ਅਸੀਂ ਭਰਨਾ ਹੁੰਦਾ ਆ, ਜਿੱਦਾਂ ਜਦੋਂ ਅਸੀਂ ਬ੍ਰੇਕ ਲੈਣੀ ਉਦੋਂ ਤੱਕ। ਅਤੇ ਮਤਲਬ ਕੋਈ ਵੀ ਵੱਧ ਘੰਟੇ ਨਾ ਕੰਮ ਕਰੇ, ਮਤਲਬ ਇਹ ਇਹਨਾਂ ਦਾ ਜਿੱਦਾਂ ਕਹਿ ਲਓ ਵੀ ਤੁਸੀਂ ਇੱਕ ਰੂਲ ਆ। ਅੱਜ ਤੁਹਾਨੂੰ ਸਾਰੇ ਦਿਨ ਦੇ ਵਿੱਚ ਆਪਾਂ ਦਿਖਾਉਣਾ ਕੰਮ, ਤਾਂ ਬਾਹਲਾ ਥੱਕਣ ਵਾਲਾ ਤਾਂ ਨਹੀਂ ਹੈਗਾ, ਬਟ ਫਿਰ ਵੀ ਮੈਂ ਥੱਕ ਜਾਂਦਾ ਹੁੰਦਾ ਰੋਜ਼ ਸ਼ਾਮ ਨੂੰ ਜਾ ਕੇ ਘਰੇ। ਅਤੇ ਬਾਕੀ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰਦੇ ਆ, ਮੈਂ ਖੇਤਾਂ 'ਚ ਵੀ ਕੰਮ ਕੀਤਾ ਪਹਿਲਾਂ, ਅਤੇ 2-3-4 ਸਾਲ ਖੇਤਾਂ 'ਚ ਕੀਤਾ ਕੰਮ, ਅਤੇ ਮੈਨੂੰ ਥੋੜ੍ਹਾ ਚਿਰ ਹੀ ਹੋਇਆ ਟਰੱਕ ਚਲਾਉਂਦੇ ਨੂੰ। ਪਰ ਜੋ ਹਾਲਤ ਖੇਤਾਂ ਦਾ ਕੰਮ ਕਰਕੇ ਹੁੰਦੀ ਆ, ਬਹੁਤ ਜ਼ਿਆਦਾ ਥਕਾਨ ਹੁੰਦੀ ਆ, ਕੁਛ ਬਣਾਉਣ ਨੂੰ ਦਿਲ ਨਹੀਂ ਕਰਦਾ ਘਰੇ ਜਾ ਕੇ, ਇਹ ਤਾਂ ਕੁਛ ਵੀ ਨਹੀਂ ਹੈਗਾ ਉਹਦੇ ਮੂਹਰੇ ਕੰਮ। ਪਰ ਆਪਾਂ ਕਿਸੇ ਕੰਮ ਨੂੰ ਵੀ ਮਾੜਾ ਨਹੀਂ ਕਹਿਣਾ, ਸਾਰੇ ਹੀ ਕੰਮ ਵਧੀਆ, ਅਤੇ ਰਿਸਪੈਕਟ ਕਰਦੇ ਹਾਂ ਹਰੇਕ ਦੇ ਕੰਮ ਦੀ। ਲਵ ਯੂ ਆ ਸਾਰਿਆਂ ਨੂੰ, ਜਿੰਨੇ ਤੁਸੀਂ ਟਰੱਕ ਚਲਾਉਂਦੇ ਆ, ਜਿਹੜਾ ਵੀ ਕੰਮ ਕਰਦੇ ਤੁਸੀਂ, ਮਿਹਨਤ ਕਰਦੇ ਆ, ਤੁਹਾਨੂੰ ਸਾਰਿਆਂ ਨੂੰ ਲਵ ਯੂ, ਠੀਕ ਆ। ਅਤੇ ਮੈਂ ਪੰਜਾਬ ਵਾਲਿਆਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਯਾਰ, ਜਿਹੜੇ ਅਸੀਂ ਖੇਤਾਂ 'ਚ ਬੰਦੇ ਲਾ ਕੇ ਕੰਮ ਕਰਾਉਂਦੇ ਹਾਂ, ਜੇ ਆਪਾਂ ਉਹਨਾਂ ਦਾ ਕੰਮ ਖੁਦ ਆਪ ਆਪਣੇ ਹੱਥੀਂ ਕਰੀਏ ਆਪਣੇ ਖੇਤਾਂ ਦੇ ਵਿੱਚ, ਤਾਂ ਮੈਨੂੰ ਲੱਗਦਾ ਆਪਾਂ ਬਹੁਤ ਜ਼ਿਆਦਾ ਜਿਹੜਾ ਪੈਸਾ ਉਹ ਸੇਵ ਵੀ ਕਰ ਸਕਦੇ ਹਾਂ, ਅਤੇ ਆਪਣੇ ਆਪ ਨੂੰ ਵਧੀਆ ਹੈਲਥੀ ਰੱਖ ਸਕਦੇ ਹਾਂ। ਅਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਆ, ਹੈ ਨਾ। ਸੋ ਜ਼ਰੂਰ ਧਿਆਨ ਦਿਓ, ਬਾਕੀ ਨਾਲ ਦੀ ਨਾਲ ਆਪਾਂ ਹਾਸਾ ਮਜ਼ਾਕ ਵੀ ਚੱਲਦਾ ਰਹਿਣਾ, ਨਾਲ ਦੀ ਨਾਲ ਥੋੜ੍ਹੀ ਬਹੁਤੀ ਸਿਆਣੀ ਗੱਲ ਵੀ ਕਰਦਿਆਂ ਕਰਾਂਗੇ। ਕੰਮ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਆ, ਅਤੇ ਦੇਖੋ ਸੱਜਰੀ ਸਵੇਰ ਨਾਲ ਦੀ ਨਾਲ ਨਿਊਜ਼ੀਲੈਂਡ ਦੀ, ਕਿਆ ਬਾਤ ਹੈ ਬਈ, ਕਿਆ ਬਾਤ ਹੈ। ਇੱਕ ਚੀਜ਼ ਦੇਖ ਸਕਦੇ ਹਾਂ, ਨਾਲ ਦੀ ਨਾਲ ਚੰਦਰਮਾ ਵੀ ਹੈਗਾ, ਅਤੇ ਇੱਧਰੋਂ ਸੂਰਜ ਵੀ ਚੜ੍ਹ ਜਾਣਾ, ਇਹ ਦੋਵੇਂ ਇਕੱਠੇ ਹੀ ਰਹਿਣੇ ਆ। ਦੇਖ ਲਓ ਕੁਦਰਤ ਦੇ ਰੰਗ। ਅਤੇ ਆਪਾਂ ਹੁਣ ਕਰੀਏ ਆਪਣਾ ਟਰੱਕ ਸਟਾਰਟ। ਦੇਖੋ ਜੀ, ਸੂਰਜ ਚੜ੍ਹ ਗਿਆ ਆ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਚੰਦਰਮਾ। ਉਹ ਦੇਖੋ, ਚੰਦਰਮਾ ਹਜੇ ਵੀ ਹੈਗਾ, ਇੱਕ ਪਾਸੇ ਸੂਰਜ ਆ, ਇੱਕ ਪਾਸੇ ਚੰਦਰਮਾ।
ਤੇ ਸਮ ਟਾਈਮ ਹੁਣ ਤਾਂ ਚਲੋ ਫਿੱਕਾ ਪੈ ਗਿਆ, ਕਈ ਵਾਰੀ ਦਿਨੇ ਵੀ ਚੰਦਰਮਾ ਸਾਨੂੰ ਦਿਖਦਾ ਆ। ਤੇ ਦੇਖੋ ਕਿਆ ਖੂਬ ਨਜ਼ਾਰਾ ਹੈ। ਹਾਂਜੀ ਦੋਸਤੋ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹਰ 5.5 ਘੰਟਿਆਂ ਦੇ ਬਾਅਦ ਇੱਕ ਬ੍ਰੇਕ ਹੁੰਦੀ ਆ, ਤੇ ਬ੍ਰੇਕ ਕਰ ਚੁੱਕਿਆ ਮੈਂ। ਬਸ ਬ੍ਰੇਕ ਕਰਕੇ ਹੁਣ ਲੋਡ ਦੀ ਵੇਟ ਕਰ ਰਿਹਾ ਆ। ਤੇ ਅੱਜ ਰਾਤ ਦੀਆਂ ਫਲੀਆਂ ਦੀ ਸਬਜ਼ੀ ਬਚੀ ਸੀਗੀ, ਉਹਦਾ ਇੱਕ ਸੈਂਡਵਿਚ ਜਿਹਾ ਬਣਾਇਆ ਬ੍ਰੈਡ ਸਾੜ ਕੇ। ਰੋਟੀ ਪਕਾਈ ਨਹੀਂ ਰਾਤ, ਕਿਉਂਕਿ ਰਾਤੀ ਜ਼ਿਆਦਾ ਮਤਲਬ ਥੱਕਿਆ ਸੀਗਾ, ਅਤੇ ਥੋੜ੍ਹਾ ਜਿਹਾ ਉੱਦਾਂ ਵੀ ਲੇਜ਼ੀ ਜਿਹਾ ਸੀਗਾ ਕੰਮ। ਅਤੇ ਮੈਂ ਸੋਚਿਆ ਕੀ ਬਣਾਉਣੀ ਆ, ਬ੍ਰੈਡਾਂ ਦੇ ਵਿੱਚ 2 ਬ੍ਰੈਡਾਂ ਦੇ ਵਿੱਚ ਥੋੜ੍ਹਾ ਜਿਹਾ ਬਟਰ ਲਾ ਕੇ, ਅਤੇ ਵਿੱਚ ਆਪਾਂ ਥੋੜ੍ਹੀ ਜਿਹੀ ਰਾਤ ਵਾਲੀ ਸਬਜ਼ੀ ਪਾ ਕੇ, ਅਤੇ ਬਹੁਤ ਵਧੀਆ ਜਿੱਦਾਂ ਸੈਂਡਵਿਚ ਜਿਹਾ ਬਣਿਆ। ਅਤੇ ਨਾਲ ਕੌਫੀ ਦਾ ਕੱਪ ਪੀਤਾ, ਅਤੇ ਉਦੋਂ ਬਾਅਦ ਹੁਣ ਥੋੜ੍ਹਾ ਜਿਹਾ ਇੱਕ ਕੀਵੀ ਫਰੂਟ ਪਿਆ ਆ, ਜਦੋਂ ਕਿਤੇ ਭੁੱਖ ਲੱਗੀ ਆਪਾਂ ਖਾ ਲੈਣਾ, ਅਤੇ ਇੱਕ ਅੱਧਾ ਲੋਡ ਹੋਰ ਮਿਲਣਾ ਆ, ਉਦੋਂ ਬਾਅਦ ਛੁੱਟੀ ਹੋ ਜਾਣੀ ਆ। ਅਤੇ ਯਾਰ ਮੈਂ ਨਾ ਕਈ ਕਈ ਵਾਰ ਇਹ ਚੀਜ਼ ਸੋਚਦਾ ਹੁੰਦਾ, ਮੇਰੇ ਨਾਲ ਤਾਂ ਹੁੰਦੀ ਹੁੰਦੀ ਆ, ਬਟ ਮੈਨੂੰ ਕਿਸੇ ਦਾ ਨਹੀਂ ਪਤਾ ਵੀ ਹੁੰਦੀ ਆ ਜਾਂ ਨਹੀਂ। ਜਿੱਦਾਂ ਕਈ ਵਾਰੀ ਸਾਡਾ ਜਿਹੜਾ ਕੰਮ ਆ ਕੌਂਕਰੀਟ ਦਾ, ਇਹ ਮੀਂਹ ਦੇ ਵਿੱਚ ਨਹੀਂ ਚੱਲਦਾ, ਅਤੇ ਧੁੱਪ ਦੇ ਵਿੱਚ ਬਹੁਤ ਜ਼ਿਆਦਾ ਲੋਕ ਕੌਂਕਰੀਟ ਪਾਉਣਾ ਪਸੰਦ ਕਰਦੇ ਆ, ਕਿਉਂਕਿ ਛੇਤੀ ਹਾਰਡ ਹੋ ਜਾਂਦਾ ਹੈ ਨਾ। ਅਤੇ ਜਦੋਂ ਕਿਤੇ ਮੀਂਹ ਹੁੰਦਾ ਆ, ਅਤੇ ਕਦੀ ਆ ਕੇ 7 ਵਜੇ ਜਾਂ 8 ਵਜੇ ਸਟਾਰਟ ਕਰੀਦਾ ਕੰਮ, ਅਤੇ 9 ਵਜੇ ਕਹਿ ਦਿੰਦੇ ਵੀ ਘਰ ਨੂੰ ਜਾਓ, ਸਹੁੰ ਰੱਬ ਦੀ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਆ ਜਦੋਂ ਇਹ ਚੀਜ਼ ਦੀ ਮਤਲਬ ਕਾਲ ਆਉਂਦੀ ਆ ਨਾ, ਯੂ ਕੈਨ ਵਾਸ਼ ਮਾਪ, ਯੂ ਕੈਨ ਗੋ ਹੋਮ। ਅਤੇ ਮੈਨੂੰ ਤਾਂ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ, ਦੇਖ ਲਓ ਚਾਹੇ ਭਾਵੇਂ ਘੰਟਾ ਹੀ ਹੋਇਆ ਹੋਵੇ ਕੰਮ 'ਤੇ ਆਇਆ ਨੂੰ, ਪਰ ਕਿੰਨਾ ਦੇਖ ਲਓ ਘਰ ਜਾਣ ਦੀ ਕਿੰਨੀ ਤਾਂਘ ਰਹਿੰਦੀ ਆ, ਹੈ ਨਾ। ਅਤੇ ਇਹ ਚੀਜ਼ਾਂ ਮਤਲਬ ਮੇਰੇ ਨਾਲ ਹੁੰਦੀਆਂ ਆ, ਮੈਂ ਤੁਹਾਨੂੰ ਦੱਸਿਆ, ਬਟ ਹੋਰ ਵੀ ਕਈ ਜਣਿਆਂ ਦੇ ਨਾਲ ਹੁੰਦੀਆਂ ਹੋਣੀਆਂ ਇਹ ਚੀਜ਼ਾਂ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਦੋਂ ਤੁਸੀਂ ਇਹ ਪਾਰਟ ਤੱਕ ਪਹੁੰਚੋਗੇ। ਅਤੇ ਬਾਕੀ ਹੁਣ ਦੇਖਦੇ ਹਾਂ, ਲੋਡ ਮਿਲਦਾ ਠੀਕ ਆ, ਨਹੀਂ ਤਾਂ ਫਿਰ ਘਰ ਨੂੰ ਚੱਲਦੇ ਹਾਂ, ਫਿਰ ਤੁਹਾਨੂੰ ਘਰੇ ਜਾ ਕੇ ਦਰਸ਼ਨ ਕਰਾਉਂਦੇ ਹਾਂ। ਬਾਕੀ ਦੀਆਂ ਗੱਲਾਂ ਕੀ ਕਰਨਾ ਸ਼ਾਮ ਤੱਕ ਕੀ ਨਹੀਂ। ਸ਼ਾਮ ਦੇ 9 ਵੱਜ ਗਏ ਆ ਰਾਤ ਦੇ, ਅਤੇ ਰੋਟੀ ਜਿਹੜੇ ਮੁੰਡੇ ਦੀ ਸਬਜ਼ੀ ਦੀ ਡਿਊਟੀ ਕਦੀ ਕਦੀ ਮੇਰੀ ਹੁੰਦੀ ਆ, ਅੱਜ ਮੇਰਾ ਦਿਲ ਨਹੀਂ ਸੀ ਕਰਦਾ ਪਿਆ, ਮੈਂ ਥੱਕਿਆ ਪਿਆ ਸੀ, ਅਤੇ ਅੱਜ ਬਣਾਈ ਨਹੀਂ, ਅਤੇ ਸਬਜ਼ੀ ਬਣਾ ਦਿੱਤੀ ਆ, ਅਤੇ ਰੋਟੀਆਂ ਲਾਉਣ ਲੱਗੇ ਹੁਣ ਮੇਰੀ, ਅੱਜ ਰੋਟੀਆਂ ਦੇ ਵਾਰੀ ਆ, ਅਤੇ ਰੋਟੀਆਂ ਲਾ ਕੇ ਉਹ ਤੋਂ ਬਾਅਦ ਫਿਰ ਖਾ ਕੇ ਅਤੇ ਫਿਰ ਸੌਣਾ। ਅਤੇ ਬਾਕੀ ਚੱਲਦਾ ਦੱਸਦੇ ਅਗਲੀ ਵਾਰ ਜੀ ਤਿਆਰ ਆ, ਅਤੇ ਆਪਾਂ ਰੋਟੀਆਂ ਦੀ ਵਾਰੀ ਆ, ਅਤੇ ਰੋਟੀਆਂ ਲਾਉਣੀਆਂ, ਨਾਲ ਮੇਰੇ ਬਲ ਵੀਰ ਆ, ਇਹ ਹਮ ਹੈ, ਅਤੇ ਰੋਟੀਆਂ ਲਾਵਾਂਗੇ ਨਾਲ ਦੀ ਨਾਲ, ਤੁਹਾਡੇ ਨਾਲ ਗੱਲਾਂ ਕਰਾਂਗੇ। ਉਹ ਤੋਂ ਬਾਅਦ ਸਵੇਰ ਦੀ ਕੰਮ ਦੀ ਰੋਟੀ ਪੈਕ ਕਰਨੀ ਆ, ਅਤੇ ਹੁਣ ਦੀ ਰੋਟੀ ਖਾਣੀ ਆ, ਅਤੇ 5 ਜਣੇ ਹੈਗੇ ਆ, 5 × 30 = 15 ਹੁਣ ਦੀਆਂ, ਅਤੇ 15 ਸਵੇਰ ਦੀਆਂ, 30 ਰੋਟੀਆਂ ਲਾਉਣੀਆਂ ਆਪਾਂ ਗਿਣ ਕੇ। ਅਤੇ ਆਹ ਦੇਖੋ ਜੀ ਆਟਾ ਆ, ਅਤੇ ਤਵਾ ਤਪ ਰਿਹਾ, ਬਾਈ ਨੇ ਆ ਜਾਣਾ, ਮਿੰਟੋ ਮਿੰਟ ਵੇਲ ਕੇ ਸਿੱਟੀ ਜਾਣੀਆਂ, ਅਤੇ ਮੈਂ ਨਾਲੋ ਨਾਲ ਥੱਲੀ ਜਾਣੀ ਆ, ਅਤੇ ਘਿਓ ਲਾਈ ਜਾਣਾ, ਖਿੱਚੀ ਜਾਣਾ ਕੰਮ ਨੂੰ। ਆਹ ਦੇਖੋ ਜਿਹੜੇ ਛੋਲੇ ਸੀਗੇ, ਇਹ ਉਂਗਰ ਪਏ ਆ, ਬਟ ਇਹ ਚੋਰ ਪੈ ਗਿਆ ਦੁਪਹਿਰੇ, ਇੱਕ ਉਹਨੇ ਖਾ ਲਏ, ਇਹ ਹੁਣ ਸਵੇਰ ਲਈ ਬਚਿਆ ਮੇਰੇ ਲਈ, ਇੰਨਾ ਕੁ ਸੌਦਾ, ਸਵੇਰੇ ਖਾਵਾਂਗੇ ਇਹ। ਜੀ ਰੋਟੀਆਂ ਲੱਥ ਰਹੀਆਂ, ਦੇਖੋ ਤੁਸੀਂ ਦੇਖ ਸਕਦੇ ਆ। ਭਾਜੀ ਕਿੰਨੇ ਘੰਟੇ ਸੀਗੇ ਅੱਜ ਕੰਮ ਤੇ ਲਾਏ? ਲਾਏ 11 ਕਿ 12 ਘੰਟੇ। 12 ਘੰਟੇ? ਯੈਸ ਬੌਸ। ਚਲੋ ਆ ਦੇਖ ਲਓ, ਸਵੇਰੇ ਕਿੰਨੇ ਵਜੇ ਜਾਣੇ ਤੁਸੀਂ ਕੰਮ ਤੇ? ਸਵੇਰੇ 5 ਵਜੇ। ਤੇ ਉਹਨੇ ਕਿੰਨੇ ਵਜੇ ਆਈਦਾ? 5-7 ਵਜੇ। ਰੋਟੀ ਪਾ ਦਿਓ ਭਾਈ, ਦੇਖ ਲਓ ਜੀ ਇਹ ਆ ਜ਼ਿੰਦਗੀ। ਇੱਥੇ ਰਾਤ ਦੇ 9:30 ਵੱਜ ਗਏ ਆ ਰੋਟੀਆਂ ਲਾਉਂਦੇ, ਅਤੇ ਕੰਮ ਵਾਲੀਆਂ ਰੋਟੀਆਂ ਪੈਕ ਆ, ਹੁਣ ਖਾਣ ਵਾਲੀਆਂ ਲਾਉਣੀਆਂ ਆਪਾਂ, ਅਤੇ ਨਾਲ ਦੀ ਨਾਲ ਬੰਦੇ ਸਾਡੇ 2 ਬਾਹਰ ਚੱਲ ਗਏ ਆ, ਨਹੀਂ ਤਾਂ ਉਹਨਾਂ ਨੂੰ ਬਿਠਾਉਣਾ ਸੀ ਇੱਥੇ ਵੀ ਪਾ ਖਾ ਲਓ ਗਰਮ ਗਰਮ, ਅਤੇ ਹੁਣ ਪਤਾ ਨਹੀਂ ਕਦੋਂ ਆਉਂਦੇ ਆ ਅਤੇ ਕਦੋਂ। ਹੁਣ ਗੱਲ ਇੱਕ ਆ ਵੀ ਇੰਡੀਆ ਦੇਖ ਲਓ, ਰੋਟੀ ਠੰਡੀ ਹੋ ਜਾਂਦੀ ਸੀ, ਅਤੇ ਮਾਤਾ ਕਿੱਦਾਂ ਰੌਲਾ ਪਾਉਂਦੇ ਹੁੰਦੇ ਸੀ ਕਿ ਰੋਟੀ ਠੰਡੀ ਹੋ ਗਈ, ਖਾਲਾ ਜੇ
ਰੋਟੀ ਨਹੀਂ ਚੱਜ ਨਾਲ ਖਾਧੀ ਤੇ ਕੀ ਫਾਇਦਾ ਇੰਨਾ ਕੰਮ ਕਰਨ ਦਾ। ਤੇ ਇੱਥੇ ਦੇਖ ਲਓ ਆ ਹੁਣ ਦੀਆਂ ਰੋਟੀਆਂ ਪੈਕ ਕੀਤੀਆਂ, ਕੱਲ ਨੂੰ ਦੁਪਹਿਰ ਨੂੰ ਖਾਣੀਆਂ ਜਾ ਕੇ। ਸਾਹਿਬ ਹਾਂਜੀ ਵੀਰ ਜੀ, ਰੋਟੀ ਬਣਾਉਣੀ ਇੰਡੀਆ ਤੋਂ ਸਿੱਖੀ ਏਦਾਂ ਦੀ ਗੋਲ ਜਾਂ ਇੱਥੇ ਆ ਕੇ ਸ਼ੁਰੂ ਕੀਤੀ ਆ? ਬਸ ਏਦਾਂ ਵੀਰ ਜੀ, ਇੱਥੇ ਆਣ ਕੇ ਸਿੱਖੀ ਵੇਖ ਲਓ। ਹੈ ਬਾਕੀ ਗੱਲ ਏਦਾਂ ਆ ਵੀ ਇਹ ਸਾਰਾ ਕੁਛ ਮਜਬੂਰੀਆਂ ਸਿਖਾ ਦਿੰਦੀਆਂ ਘਰੇ, ਹਨਾ ਘਰੇ ਦੇਖ ਲਓ ਘਰ ਦੇ ਹੱਥ ਨੀ ਲਾਉਣ ਦਿੰਦੇ ਤੇ ਇੱਥੇ ਤਵੇ ਤੇ ਜਦੋਂ ਆਹ ਦੇਖ ਲਓ ਹੱਥ ਸੜਾਈਦਾ ਹਲੇ ਤੇ ਇਸੇ ਕਰਕੇ ਆਹ ਹੱਥ ਸੜਨਗੇ ਹੋਰ ਕਰਨਗੇ। ਕਈ ਵਾਰੀ ਭੁੱਖੇ ਵੀ ਸੌਂ ਜਾਈਦਾ ਵੀ ਭਾਈ ਨਾ ਯਾਰ ਛੱਡੋ ਗੋਲੀ ਮਾਰੋ, ਕਈ ਵਾਰੀ ਬਾਹਰੋਂ ਖਾ ਲਈਦਾ। ਹੁਣ ਬਾਹਰੋਂ ਚੀਜ਼ਾਂ ਇੰਨੀਆਂ ਵਧੀਆ ਨਹੀਂ ਹੁੰਦੀਆਂ, ਕਈ ਕੁਛ ਹੁੰਦਾ ਆ। ਆਹ ਬਾਈ ਆ ਗਿਆ ਇੱਕ ਹੋਰ ਸਾਡਾ, ਇਹ ਉਬਰ ਚਲਾ ਕੇ ਆਇਆ ਉਬਰ ਈਟਸ ਤੇ ਇਹ ਬੰਦਾ ਉਹ ਦੇ ਯਾਰ ਪਲੇਟ ਜੀ। ਇਹ ਬੰਦਾ ਸਵੇਰੇ ਨਿਕਲ ਜਾਂਦਾ 8 ਵਜੇ, ਇਹ ਵੀ ਹੁਣ ਵੜਿਆ ਤੇ ਸਾਰੇ ਆਪਣੀਆਂ ਆਪਣੀਆਂ ਜੋਬਾਂ ਤੋਂ ਵਾਪਸ ਆ ਰਹੇ ਆ। ਤੇ ਇਹ ਬਾਈ ਦੀ ਡਿਊਟੀ ਆ ਦਹੀਂ ਬਣਾਉਣ ਦੀ, ਬਾਅਦ ਚ ਇਹਨੇ ਭਾਂਡੇ ਮਾਂਜਣੇ ਆ ਤੇ ਬਸ ਏਦਾਂ ਸਾਰਿਆਂ ਨੇ ਡਿਊਟੀਆਂ ਵੰਡੀਆਂ ਆ, ਏਦਾਂ ਹੀ ਚੱਲਦੇ ਪਏ ਆ ਕੰਮ। ਦੇਖੋ ਬਈ ਮੁੱਛ ਦੇ ਨਿੰਬੂ ਖੜਦੇ ਹੋਏ ਤੇ ਬੀਰੀ ਕੜਾਈ ਦੇ ਸਿੱਧੇ ਨਿੰਬੂ ਖੜਾਈ ਦੇ, ਡਿਊਟੀਆਂ ਫੁੱਲ ਫੁੱਲ ਲੈਂਦੀਆਂ ਕਿ ਨਹੀਂ ਰੋਟੀਆਂ, ਭੁੱਖ ਲੱਗੀ ਆ ਪੰਜਾਂ ਮੁੰਡਿਆਂ ਨੂੰ। ਇਹ ਬੀਬੀਆਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਸੀਗੀਆਂ ਮਾਵਾਂ, ਉਹ ਕਹਿੰਦੀਆਂ ਹੁੰਦੀਆਂ ਸੀ ਕਿ ਪੁੱਤ ਫੁੱਲ ਕੇ ਰੋਟੀ ਲੱਥੂਗੀ ਤੇ ਮੇਰੇ ਪੁੱਤ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ। ਇਹ ਦੇਖੋ ਜੀ ਵਾਕਈ ਭੁੱਖ ਲੱਗੀ ਆ ਤੇ ਉਹਨਾਂ ਦੀ ਗੱਲ ਵੀ ਸੱਚੀ ਹੁੰਦੀ ਸੀ। ਹੋ ਗਏ ਨਸੀਬ ਤੇ ਮਹਾਰਾਜ ਸਾਰੇ ਸੰਸਾਰ ਨੂੰ ਰੋਟੀ ਦੇਵੇ ਤੇ ਠੀਕ ਆ ਜੀ। ਇਹ ਆ ਇੱਥੇ ਦੀ ਮਾੜੀ ਸ਼ੋਰਟ ਲਾਈਫ ਦਿਖਾਈ ਆ ਹਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ, ਅਤੇ ਇਹ ਆ ਇੱਥੇ ਦੀ ਬਾਹਰਲੇ ਦੇਸ਼ਾਂ ਦੀ ਜਿਹੜੀ ਜ਼ਿੰਦਗੀ ਆ। ਅਤੇ ਤੁਸੀਂ ਸਾਰੇ ਜਣਿਆਂ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਮੈਨੂੰ ਸਨੈਪਚੈਟ 'ਤੇ ਫੋਲੋ ਕਰੋ, ਫੇਸਬੁੱਕ 'ਤੇ ਫੋਲੋ ਕਰੋ, ਅਤੇ ਨਾਲ ਦੀ ਨਾਲ ਆਪਾਂ ਸਾਰੇ ਜਣੇ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਵਧੀਆ ਵਧੀਆ ਕੰਟੈਂਟ ਮੈਂ ਲੈ ਕੇ ਆਉਂਦਾ ਰਹੂੰਗਾ, ਅਤੇ ਆਪਾਂ ਹਰੇਕ ਚੀਜ਼ 'ਤੇ ਹਰੇਕ ਵਿਸ਼ੇ 'ਤੇ ਗੱਲ ਕਰਿਆ ਕਰਾਂਗੇ, ਤਾਂ ਕਿ ਜਿਹੜੇ ਅਗਲੇ ਤੁਸੀਂ ਸਾਰੇ ਇੰਡੀਆ ਵਾਲੇ ਵਧੀਆ ਵਧੀਆ ਲੋਕੇਸ਼ਨਾਂ ਤੁਹਾਨੂੰ ਦਿਖਾਇਆ ਕਰੂੰਗਾ। ਅਤੇ ਤੁਸੀਂ ਬਸ ਮਾੜੀ ਜਿਹੀ ਇਨਕਮ ਜੀ ਆਉਣੀ ਸ਼ੁਰੂ ਹੋ ਜਾਏ ਇੱਥੇ ਯੂਟਿਊਬ ਤੋਂ, ਫਿਰ ਆਪਾਂ ਜਾਇਆ ਕਰਾਂਗੇ ਕਿਤੇ। ਲਵ ਯੂ ਸਾਰਿਆਂ ਨੂੰ, ਜਿਉਂਦੇ ਵੱਸਦੇ ਰਹੋ, ਧਿਆਨ ਰੱਖਿਓ ਆਪਣਾ, ਕਰੋਨਾ ਵਾਇਰਸ ਚੱਲਦਾ ਪਿਆ ਅਤੇ ਸਾਰੇ ਜਣੇ ਆਪਣਾ ਧਿਆਨ ਰੱਖਿਓ, ਠੀਕ ਆ। ਅਤੇ ਬਸ ਲਵ ਯੂ ਆ ਸਾਰਿਆਂ ਨੂੰ। ਇਹ ਆ ਜੀ ਪਰਦੇਸ਼ ਦੀ ਜ਼ਿੰਦਗੀ, ਲਓ ਜੀ ਰੋਟੀ ਰੋਟੀ ਚੜ੍ਹੀ ਆਉਂਦਾ ਹੀ ਆ ਅਤੇ ਬਹੁਤ ਵਧੀਆ ਬਣੀ, ਰੱਖੀ ਸੁੱਖੀ ਬਹੁਤ ਹੀ ਵਧੀਆ। ਲਵ ਯੂ ਸਾਰਿਆਂ ਨੂੰ।